ਦੇਖਣ 'ਚ ਇਹ ਆਇਆ ਕਿ ਜਦੋਂ ਦਾ ਅੱਜ 6ਵਾਂ ਦਿਨ ਕਰਫਿਊ ਦਾ ਹੈ ਉਦੋਂ ਤਾਂ ਸ਼ੁਰੂ 'ਚ ਬੜੀ ਸਖਤਾਈ ਨਜ਼ਰ ਆਈ ਹੈ, ਲੇਕਿਨ ਹੁਣ ਵੇਖਣ 'ਚ ਆ ਰਿਹਾ ਵਾ ਕਿ ਸਖਤਾਈ ਪੁਲਿਸ ਵਾਲੇ ਜਾਂ ਕੁਛ ਪ੍ਰਸ਼ਾਸਨ ਢਿੱਲਾ ਪੈ ਗਿਆ ਹੈ ਅਤੇ ਆਮ ਆਵਾਜਾਈ ਜਿਨ੍ਹਾਂ ਕੋਲ ਪਾਸ ਆ ਉਹ ਤਾਂ ਆ ਜਾ ਰਹੇ ਆ, ਲੇਕਿਨ ਜਿਨ੍ਹਾਂ ਕੋਲ ਪਾਸ ਨਹੀਂ ਆ ਜਿਵੇਂ ਕਈ ਮੁੰਡੇ ਘਰੋਂ ਐਵੇਂ ਹੀ ਦੋ ਦੋ ਤਿੰਨ ਤਿੰਨ ਇੱਕ ਮੋਟਰਸਾਈਕਲ 'ਤੇ ਬੈਠ ਕੇ ਨਿਕਲ ਆਉਂਦੇ ਨੇ, ਉਹਨਾਂ ਨੂੰ ਵੀ ਨਹੀਂ ਰੋਕਿਆ ਜਾਂਦਾ। ਦੇਖੋ ਵੀ ਪੁਲਿਸ ਇਸ ਟਾਈਮ ਜਦੋਂ ਮੈਂ ਆਇਆ ਵਾਂ ਹੁਣ ਮੈਨੂੰ ਤਾਂ ਕਿਸੇ ਪੁਲਿਸ ਵਾਲਿਆਂ ਨੇ ਰੋਕਿਆ ਨਹੀਂ ਗਾ ਅਤੇ ਨਾ ਹੀ ਮੈਨੂੰ ਨਜ਼ਰ ਆ ਰਿਹਾ ਕਿਸੇ ਨੂੰ ਰੋਕਦੇ ਨੇ ਕਿ ਇਸ ਟਾਈਮ ਪੁਲਿਸ ਵਾਲੇ ਕੁਛ ਨਹੀਂ ਕਰ ਰਹੇ। ਇਕੱਲੇ ਪੁਲਿਸ ਵਾਲੇ ਨੇ, ਉਹਨਾਂ ਨੂੰ ਵੀ ਥੋੜ੍ਹਾ ਜਿਹਾ ਗਾਈਡ ਕਰਨਾ ਚਾਹੀਦਾ ਅਤੇ ਜਿਹੜਾ ਸਹੀ ਬੰਦਾ ਉਹਨੂੰ ਕੋਈ ਪਰੇਸ਼ਾਨੀ ਨਾ ਹੋਵੇ ਅਤੇ ਜਿਹੜਾ ਗਲਤ ਬੰਦਾ ਉਹਨੂੰ ਇੱਧਰ ਉੱਧਰ ਜਾਣ ਨਾ ਦਿੱਤਾ ਜਾਵੇ। ਅਸੀਂ ਵੱਡੇ ਭਾਈ ਵੱਲੋਂ ਆਏ ਸੀ, ਤੁਹਾਡੇ ਕੰਮ 'ਚ ਮਿਲ ਕੇ ਆਏ ਸੀ। ਤਿੰਨ ਦਿਨ ਕਰਫਿਊ ਲੱਗਾ ਹੋਇਆ ਪਰ ਥੋੜ੍ਹੀ ਆਵਾਜਾਈ ਅੱਗੇ ਨਾਲੋਂ ਬਿਹਤਰ ਆ ਥੋੜ੍ਹੀ ਜੀ। ਪੁਲਿਸ ਨਹੀਂ ਰੋਕ ਰਹੀ, ਇਹਨਾਂ ਨੂੰ ਲੋੜ ਅਨੁਸਾਰ ਬਾਹਰ ਜਾਣਾ ਚਾਹੀਦਾ ਵਾ, ਲੋੜ ਤੋਂ ਬਗੈਰ ਨਹੀਂ।